ਪੰਜਾਬ ਵਿੱਚ ਜਦੋਂ ਹਰ ਪਾਸੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ, ਉਸ ਵੇਲੇ ਬਹੁਜਨ ਸਮਾਜ ਪਾਰਟੀ ਪੰਜਾਬ ਯੂਨਿਟ ਵੱਲੋਂ ਲਿਆ ਇੱਕ ਅਜਿਹਾ ਫੈਸਲਾ ਜੋ ਬਹੁਜਨ ਸਮਾਜ ਪਾਰਟੀ ਦੇ ਕੇਡਰ ਵਰਕਰਾਂ ਵਿੱਚ ਨਾ ਸਿਰਫ ਨਿਰਾਸ਼ਾ ਪੈਦਾ ਕਰ ਰਿਹਾ ਬਲਕਿ ਇਸ ਇਲੈਕਸ਼ਨਾਂ ਵਿੱਚ ਉਹਨਾਂ ਦੇ ਹੌਸਲੇ ਵੀ ਪਸਤ ਹੋ ਗਏ ਨੇ। ਜੀ ਹਾਂ, ਮੈਂ ਜਗਜੀਤ ਚਾਹਨਾ ਤੇ ਤੁਸੀਂ ਦੇਖ ਰਹੇ ਹੋ ਦੀ ਫਗਵਾੜਾ ਹੈਡਲਾਈਨ ਲਾਈਵ ਤੇ ਸਾਡੀ ਇਹ ਵਿਸ਼ੇਸ਼ ਪੇਸ਼ਕਸ਼। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਵਿੱਚ ਇਸ ਵੇਲੇ ਇੱਕ ਵਾਰ ਫਿਰ ਸਿਆਸੀ ਮਾਹੌਲ ਗਰਮਾ ਚੁੱਕਾ ਹੈ ਔਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ 19 ਤਰੀਕ ਨੂੰ ਉਹ ਚੋਣਾਂ ਹੋਣ ਜਾ ਰਹੀਆਂ ਹੈ। ਉਸ ਵੇਲੇ ਬਹੁਜਨ ਸਮਾਜ ਪਾਰਟੀ ਵੱਲੋਂ ਇਹਨਾਂ ਚੋਣਾਂ ਵਿੱਚ ਸਿੰਬਲ ਤੇ ਨਾ ਲੜਨ ਦਾ ਐਲਾਨ ਅਤੇ ਖਾਸ ਤੌਰ ਤੇ ਸਿੱਧੇ ਤੌਰ ਤੇ ਇਸ ਚੋਣਾਂ ਵਿੱਚ ਰਾਜਨੀਤਿਕ ਪਾਰਟੀਸਪੇਸ਼ਨ ਨਾ ਕਰਨ ਦੇ ਐਲਾਨ ਨੇ ਇੱਕ ਵਾਰ ਵਰਕਰਾਂ ਵਿੱਚ ਕਾਫੀ ਨਿਰਾਸ਼ਾ ਪੈਦਾ ਕਰਤੀ ਹੈ। ਹਾਲਾਂਕਿ ਭਾਵੇਂ ਇਹ ਐਲਾਨ ਹੀ ਹੈ ਪਰ ਜੇ ਪ੍ਰੈਕਟੀਕਲ ਦੇਖਿਆ ਜਾਵੇ ਤਾਂ ਬਹੁਜਨ ਸਮਾਜ ਪਾਰਟੀ ਨਾਲ ਜੁੜੇ ਹੋਏ ਵਰਕਰ ਅਤੇ ਅਹੁਦੇਦਾਰਾਂ ਨੇ ਨਾਮਜ਼ਦਗੀਆਂ ਦਾਖਲ ਕਰਵਾ ਦਿੱਤੀਆਂ ਨੇ ਅਤੇ ਉਹ ਪ੍ਰਚਾਰ ਇਹੀ ਕਰ ਰਹੇ ਨੇ ਕਿ ਉਹ ਬਹੁਜਨ ਸਮਾਜ ਪਾਰਟੀ ਵੱਲੋਂ ਹੀ ਚੋਣ ਲੜ ਰਹੇ ਨੇ। ਔਰ ਜਦੋਂ ਇਹ ਨਾਮਜ਼ਦਗੀਆਂ ਦੀ ਆਖਰੀ ਤਰੀਕ ਸੀ ਉਸ ਵੇਲੇ ਪ੍ਰੈਸ ਮੀਡੀਆ ਦੇ ਵਿੱਚ ਵੀ ਪੰਜਾਬ ਦੇ ਬਹੁਤ ਬਹੁਤ ਸਾਰੇ ਇਲਾਕਿਆਂ ਤੋਂ ਜੋ ਲੀਡਰਾਂ ਨੇ ਇਹੀ ਕਿਹਾ ਹੈ ਕਿ ਬਸਪਾ ਆਪਣੇ ਉਮੀਦਵਾਰ ਉਤਾਰ ਲਈ ਹੈ ਪਰ ਇਸ ਵਾਰ ਹਾਥੀ ਦੇ ਚੋਣ ਨਿਸ਼ਾਨ ਤੇ ਜੋ ਚੋਣ ਨਿਸ਼ਾਨ ਨਾ ਲੜਨ ਦਾ ਫੈਸਲਾ ਉਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਵੀ ਖੜਾ ਕਰ ਗਿਆ ਹੈ। ਹਾਲਾਂਕਿ ਪਿਛਲੇ ਲਗਭਗ 5 ਸਾਲਾਂ ਤੋਂ ਬਸਪਾ ਦੀ ਜੋ ਹੇਠਲੇ ਪੱਧਰ ਦੀ ਕਾਰਜਕਾਰੀ ਸੀ ਉਸ ਨਾਲ ਪੰਜਾਬ ਦੇ ਵਿੱਚ ਮਾਨਤਾ ਵੀ ਉਹਨਾਂ ਨੂੰ ਰੱਦ ਹੋ ਗਈ ਸੀ ਅਤੇ ਉਹਨਾਂ ਨੂੰ ਹੋਰ ਸਿੰਬਲ ਤੇ ਹੀ ਲੜਨਾ ਪੈਣਾ ਸੀ। ਪਰ ਹੁਣ ਜਦੋਂ ਕਿ ਕੱਲ੍ਹ ਨਾਮ ਤਰੀਕ ਮਿਲਣੀ ਔਰ ਖਾਸ ਤੌਰ ਤੇ ਕੱਲ੍ਹ ਸਿੰਬਲ ਮਿਲਣੇ ਨੇ ਉਸ ਵੇਲੇ ਜੇ ਬਸਪਾ ਦੇ ਵੱਖ ਵੱਖ ਉਮੀਦਵਾਰਾਂ ਨੂੰ ਵੱਖ ਵੱਖ ਸਿੰਬਲ ਮਿਲਣਗੇ ਤਾਂ ਫਿਰ ਚੋਣ ਲੜਨਾ ਉਹਨਾਂ ਲਈ ਬੜਾ ਔਖਾ ਹੋਏਗਾ। ਇੱਥੇ ਜ਼ਿਕਰਯੋਗ ਹੈ ਕਿ ਜੇ 1980 ਤੋਂ ਬਾਅਦ ਦੀ ਗੱਲ ਕੀਤੀ ਜਾਵੇ ਅਤੇ ਖਾਸ ਤੌਰ ਤੇ ਪਿਛਲੇ 20 ਸਾਲਾਂ ਵਿੱਚ ਪੰਜਾਬ ਦੇ ਬਹੁਜਨ ਸਮਾਜ ਪਾਰਟੀ ਦੇ ਇਤਿਹਾਸ ਨੂੰ ਦੇਖਿਆ ਜਾਵੇ ਤਾਂ ਬਸਪਾ ਦਾ ਚੋਣ ਨਿਸ਼ਾਨ ਹਾਥੀ ਹਮੇਸ਼ਾ ਹੀ ਕੈਡਰ ਵੋਟਰਾਂ ਦੇ ਦਿਲਾਂ ਦੀ ਧੜਕਣ ਰਿਹਾ ਹੈ ਅਤੇ ਲੋਕਾਂ ਨੂੰ ਇਸ ਹਾਥੀ ਚੋਣ ਨਿਸ਼ਾਨ ਦੇ ਨਾਲ ਇੱਕ ਸ਼ਨਾਖਤ ਵੀ ਮਿਲਦੀ ਹੈ ਤੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਵੀ ਹੁੰਦੀ ਹੈ। ਪਰ ਇਸ ਵਾਰ ਇਸ ਤਰ੍ਹਾਂ ਦਾ ਨਾ ਹੋਣ ਨਾਲ ਵੀ ਕਾਫੀ ਵੱਡੀਆਂ ਸਮੱਸਿਆਵਾਂ ਨੇ। ਦੀ ਫਗਵਾੜਾ ਹੈਡਲਾਈਨ ਲਾਈਵ ਵੱਲੋਂ ਜਦੋਂ ਬਸਪਾ ਦੀ ਉੱਚ ਲੀਡਰਸ਼ਿਪ ਨਾਲ ਸੰਪਰਕ ਕਰਨ ਚਾਹਿਆ ਤਾਂ ਸਾਰੇ ਹੀ ਲੀਡਰ ਇਸ ਮੁੱਦੇ ਤੇ ਤਾਲਾ ਵੜਦੇ ਨਜ਼ਰ ਆਏ। ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਸ਼ਪਾਲ ਰਾਜੂ ਨੂੰ ਬਾਰ ਬਾਰ ਫੋਨ ਕਰਨ ਤੇ ਵੀ ਉਹਨਾਂ ਨੇ ਫੋਨ ਅਟੈਂਡ ਹੀ ਨਹੀਂ ਕੀਤਾ ਅਤੇ ਉਹਨਾਂ ਦੇ ਸਹਾਇਕ ਨੇ ਕਿਹਾ ਕਿ ਉਹ ਮੀਟਿੰਗ ਵਿੱਚ ਨੇ ਤੇ ਜਲਦੀ ਫੋਨ ਕਰਨਗੇ ਪਰ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ। ਦੂਜੇ ਪਾਸੇ ਡਾਕਟਰ ਮੇਘਰਾਜ ਦਾ ਫੋਨ ਵੀ ਸਵਿੱਚ ਆ ਰਿਹਾ ਹੈ। ਔਰ ਜੇ ਪੰਜਾਬ ਦੇ ਵਿੱਚ ਬਸਪਾ ਦੇ ਬਾਕੀ ਲੀਡਰਸ਼ਿਪ ਦੀ ਗੱਲ ਕਰੀਏ ਤਾਂ ਸਮੁੱਚੇ ਤੌਰ ਤੇ ਸਾਰੀ ਲੀਡਰਸ਼ਿਪ ਟਾਲਾ ਹੀ ਵੱਟ ਰਹੀ ਹੈ। ਇਸ ਸਥਿਤੀ ਵਿੱਚ ਜਦੋਂ ਕਿ ਹੁਣ ਬਹੁਤ ਘੱਟ ਸਮਾਂ ਰਹਿ ਗਿਆ ਹੈ ਜੋ ਇਲੈਕਸ਼ਨ ਔਰ ਖਾਸ ਤੌਰ ਤੇ ਵੋਟਾਂ ਵਾਲੇ ਦਿਨ ਦਾ ਤਾਂ ਜਿਹੜੇ ਬਸਪਾ ਦੇ ਵੋਟਰ ਸਪੋਰਟਰ ਜਿਹੜੇ ਉਹ ਖੜੇ ਵੀ ਨੇ ਉਹ ਕਿਸ ਤਰ੍ਹਾਂ ਚੋਣ ਲੜਨਗੇ, ਉਹਨਾਂ ਦੀ ਕਿਵੇਂ ਵਿਉਂਤਬੰਦੀ ਹੋਏਗੀ, ਇਹ ਇੱਕ ਬਹੁਤ ਵੱਡਾ ਗੰਭੀਰ ਪ੍ਰਸ਼ਨ ਵੀ ਲੀਡਰਸ਼ਿਪ ਤੇ ਛੱਡ ਦੇਗੀ। ਬਸਪਾ ਦੇ ਇਸ ਫੈਸਲੇ ਨੂੰ ਲੈ ਕੇ ਜਿੱਥੇ ਬਸਪਾ ਦੇ ਇੰਟਰਨੈਸ਼ਨਲ ਤੌਰ ਤੇ ਬਹੁਤ ਸਾਰੇ ਦੇਸ਼ਾਂ ਵਿੱਚ ਜਿਨ੍ਹਾਂ ਵਿੱਚ ਇਟਲੀ, ਆਸਟ੍ਰੇਲੀਆ, ਇੰਗਲੈਂਡ, ਅਮਰੀਕਾ ਦੇ ਵਿੱਚ ਜੋ ਸਮਰਥਕ ਨੇ ਉਹਨਾਂ ਵਿੱਚ ਵੀ ਜਦੋਂ ਇਹ ਗੱਲਾਂ ਜਾਣਗੀਆਂ ਤੇ ਕਾਫੀ ਵੱਡਾ ਰੋਸ ਪਾਇਆ ਜਾ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਰਸ਼ਪਾਲ ਰਾਜੂ ਜੋ ਕਿ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਬਣੇ ਸੇ, ਉਹਨਾਂ ਨੇ ਦਾਅਵਾ ਕੀਤਾ ਸੀ ਕਿ ਲੀਡਰਸ਼ਿਪ ਹੁਣ ਇਕੱਠੀ ਹੋ ਰਹੀ ਹੈ ਤੇ ਪੁਰਾਣੇ ਵਰਕਰ ਵੀ ਬਹੁਜਨ ਸਮਾਜ ਪਾਰਟੀ ਵਿੱਚ ਆ ਰਹੇ ਨੇ। ਉਸ ਵੇਲੇ ਇੰਜ ਲੱਗਦਾ ਹੈ ਕਿ ਇਹ ਕੈਡਰ ਵੋਟਰਾਂ ਨੂੰ ਚੁਸਤ ਫੁਸਤ ਕਰਨ ਦਾ ਇੱਕ ਬਹੁਤ ਸੁਨਹਿਰੀ ਅਵਸਰ ਬਸਪਾ ਗਵਾ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਜਦੋਂ ਹੁਣ ਇਹ ਬਿਲਕੁਲ ਚੋਣਾਂ ਜੋ ਹੈ ਉਹ ਬਿਲਕੁਲ ਕਤਾਰ ਤੇ ਨੇ ਔਰ ਇਹ ਅੰਤਮ ਪਲਾਂ ਵਿੱਚ ਨੇ, ਬਹੁਜਨ ਸਮਾਜ ਪਾਰਟੀ ਦੇ ਸਿੱਧੇ ਜਾਂ ਸਿੱਧੇ ਤੌਰ ਤੇ ਜੋ ਉਮੀਦਵਾਰ ਖੜੇ ਨੇ ਉਹ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਨੇ। ਕੈਮਰਾਮੈਨ ਪਵਨ ਪਿੰਕਾ ਨਾਲ ਦੀ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਹਨਾ ਦੀ ਰਿਪੋਰਟ।